ਕਿਦਾਂ ਦੇਖਦੇ ਹੋ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ ਉਹਨੂੰ ਕਿਦਾਂ ਦੇਖਦੇ ਹੋ? ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਤੀ ਜਿਹੜੀ ਮੰਦੀ ਸ਼ਬਦਾਵਲੀ ਇਹਨੇ ਵਰਤੀ ਹੈ ਇਹਦੀ ਗ੍ਰਿਫਤਾਰੀ ਕਿਉਂ ਨਹੀਂ ਪਾਉਂਦਾ ਪ੍ਰਸ਼ਾਸਨ? ਇਹ ਪਰਚਾ ਦਰਜ ਕਰਤਾ ਤਾਂ ਜਦੋਂ ਸਿੱਖਾਂ ਦੀ ਵਾਰੀ ਹੁੰਦੀ, ਸਾਡੀ ਵਾਰੀ ਹੁੰਦੀ ਹੈ ਸਿੰਘਾਂ ਦੀ, ਤਾਂ ਸਾਨੂੰ ਤਾਂ ਇੱਕ ਦੋ ਦਿਨ ਪਹਿਲਾਂ ਹੀ ਹਾਊਸ ਅਰੈਸਟ ਪੈ ਜਾਂਦੀ ਹੈ, ਸਾਨੂੰ ਤਾਂ ਉੱਦਾਂ ਹੀ ਚੱਕ ਕੇ ਥਾਣੇ ਬਿਠਾ ਲੈਂਦੇ ਦੋ ਦੋ ਦਿਨ। ਇਹਨਾਂ ਦੀ ਵਾਰੀ ਕਾਨੂੰਨ ਕਿੱਥੇ ਜਾਂਦਾ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ, ਮੈਂ ਹਾਂ ਕੁਲਵੀਰ ਰਾਹੀ। ਲੁਧਿਆਣਾ ਦੇ ਇੱਕ ਸ਼ਖਸ ਅਨਿਲ ਅਰੋੜਾ ਵੱਲੋਂ ਪਿਛਲੇ ਦਿਨੋਂ ਗੁਰੂ ਨਾਨਕ ਦੇਵ ਜੀ ਬਾਰੇ ਬਹੁਤ ਜ਼ਿਆਦਾ ਗਲਤ ਟਿੱਪਣੀ ਕੀਤੀ ਗਈ ਹੈ, ਜਿਸ ਤੋਂ ਲੈ ਕੇ ਸਾਰੇ ਧਰਮਾਂ ਦੇ ਲੋਕਾਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ। ਅਤੇ ਅੱਜ ਸਮਰਾਲਾ ਚੌਕ 'ਤੇ ਉਸਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਜਿਹੜਾ ਧਰਨਾ ਲਗਾਇਆ ਜਾ ਰਿਹਾ, ਕਿਉਂਕਿ ਉਸਦੇ ਖਿਲਾਫ਼ ਪਰਚਾ ਤਾਂ ਹੋ ਚੁੱਕਿਆ ਲੇਕਿਨ ਗ੍ਰਿਫਤਾਰੀ ਕਿਤੇ ਨਾ ਕਿਤੇ ਅਜੇ ਤੱਕ ਨਹੀਂ ਹੋਈ। ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਇੱਧਰ ਜਿਹੜੇ ਨੇ ਵੱਖ ਵੱਖ ਜਥੇਬੰਦੀਆਂ ਵੱਲੋਂ, ਜਿਸ ਵਿੱਚ ਹਿੰਦੂ, ਮੁਸਲਿਮ, ਈਸਾਈ ਔਰ ਕ੍ਰਿਸ਼ਚਨ ਵਰਗ ਦੇ ਲੋਕ ਵੀ ਨੇ, ਉਹ ਜਿਹੜੇ ਨੇ ਅੱਜ ਇੱਥੇ ਸਮਰਾਲਾ ਚੌਕ 'ਤੇ ਧਰਨਾ ਲਗਾ ਕੇ ਬੈਠੇ ਹੋਏ ਨੇ, ਅਤੇ ਜੋ ਹੈ ਉਸਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ, ਕਿਉਂਕਿ ਲਗਾਤਾਰ ਉਹ ਪਹਿਲਾਂ ਵੀ ਬੇਅਦਬੀ ਵਾਲੇ ਗੱਲਾਂ ਕਰਦਾ ਰਿਹਾ, ਟਿੱਪਣੀ ਕਰਦਾ ਰਿਹਾ, ਅਤੇ ਉਸਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਅੱਜ ਇੱਥੇ ਧਰਨਾ ਲਗਾਇਆ ਗਿਆ। ਗੱਲਬਾਤ ਕਰਾਂਗੇ ਜਿਹੜੇ ਇੱਥੇ ਆਏ ਨੇ ਸੰਤ ਮਹਾਤਮਾ ਜਿਹੜੇ ਜੁੜੇ ਹੋਏ ਨੇ ਉਹਨਾਂ ਦੇ ਬਾਰੇ, ਉਹਨਾਂ ਨੂੰ ਅਤੇ ਜਿਹੜੇ ਸਿੱਖ ਜਥੇਬੰਦੀਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਭਾਅ ਜੀ, ਕਿੱਦਾਂ ਦੇਖਦੇ ਹੋ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ ਉਹਨੂੰ ਕਿੱਦਾਂ ਦੇਖਦੇ ਹੋ? ਕੀ ਮੰਗ ਕਰਦੇ? ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਤੀ ਜਿਹੜੀ ਮੰਦੀ ਸ਼ਬਦਾਵਲੀ ਇਹਨੇ ਵਰਤੀ ਹੈ ਇਹਦੀ ਗ੍ਰਿਫਤਾਰੀ ਕਿਉਂ ਨਹੀਂ ਪਾਉਂਦਾ ਪ੍ਰਸ਼ਾਸਨ? ਇਹ ਪਰਚਾ ਦਰਜ ਕਰਤਾ ਤਾਂ ਜਦੋਂ ਸਿੱਖਾਂ ਦੀ ਵਾਰੀ ਹੁੰਦੀ, ਸਾਡੀ ਵਾਰੀ ਹੁੰਦੀ ਹੈ ਸਿੰਘਾਂ ਦੀ, ਤਾਂ ਸਾਨੂੰ ਤਾਂ ਇੱਕ ਦੋ ਦਿਨ ਪਹਿਲਾਂ ਹੀ ਹਾਊਸ ਅਰੈਸਟ ਪੈ ਜਾਂਦੀ ਹੈ, ਸਾਨੂੰ ਤਾਂ ਉੱਦਾਂ ਹੀ ਚੱਕ ਕੇ ਥਾਣੇ ਬਿਠਾ ਲੈਂਦੇ ਦੋ ਦੋ ਦਿਨ। ਇਹਨਾਂ ਦੀ ਵਾਰੀ ਕਾਨੂੰਨ ਕਿੱਥੇ ਜਾਂਦਾ? ਇਹ ਕੀ ਸ਼ੈ ਇਹਨਾਂ ਨੂੰ? ਨਾਲੇ ਸਿਕਿਉਰਟੀਆਂ ਦਿੰਦੇ ਹੋ, ਨਾਲੇ ਇਹੋ ਜਿਹੀਆਂ ਬੋਲ ਬਾਣੀ ਇਹ ਬੋਲਦੇ ਨੇ, ਗੁਰਸਿਮਰਨ ਸਿੰਘ ਮੰਡ ਵਰਗੇ ਬੋਲਦੇ ਨੇ, ਹੋਰ ਬੋਲਦੇ ਨੇ। ਸਿੱਖ ਚਿਹਰਾ ਦੇ ਕੇ ਸਿੱਖਾਂ ਦੇ ਖਿਲਾਫ਼ ਖੜੇ ਕਰਨਾ, ਉਹਨਾਂ ਨੂੰ ਸ਼ੈ ਦੇਣੀ, ਉਹਨਾਂ ਨੂੰ ਪੈਟਰੋਲ ਦੇਣਾ, ਕਾਰਾਂ ਦੇਣੀਆਂ, ਪ੍ਰੋਵਾਈਡ ਕਰਨਾ ਸਾਰਾ ਕੁਛ, ਫਿਰ ਉਹਨਾਂ ਦੀ ਪੈਰਵਾਈ ਕਰਨੀ ਪੂਰੀ, ਅਤੇ ਸਿੰਘਾਂ ਦੀ ਪੈਰਵਾਈ ਕੌਣ ਕਰਦਾ? ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੋ, ਇਹ ਜਿਹੜਾ ਨਵੀਨ ਅਰੋੜਾ ਇਹ ਬੰਦੇ ਦੀ ਜਲਦ ਤੋਂ ਜਲਦ ਗ੍ਰਿਫਤਾਰੀ ਪੈ ਜਾਣੀ ਚਾਹੀਦੀ, ਨਹੀਂ ਤਾਂ ਸੰਘਰਸ਼ ਹੋਰ ਤਿੱਖਾ ਹੋ ਸਕਦਾ ਹੈ। ਇਹ ਮਸਲਾ ਗੁਰੂ ਨਾਨਕ ਜੇ ਜ਼ਮੀਨਾਂ ਪਿੱਛੇ ਅਸੀਂ ਲੜ ਸਕਦੇ ਹਾਂ, ਅਸੀਂ ਆਪਣੇ ਗੁਰੂ ਨਾਨਕ ਪਾਤਸ਼ਾਹ, ਆਪਣੇ ਪੰਥ, ਨਾਨਕ ਤਾਂ ਸਰਬ ਸਾਂਝੀ ਵਾਲਤਾ ਦਾ, ਉਹਦੇ ਪਿੱਛੇ ਨਹੀਂ ਖੜ ਸਕਦੇ, ਕਿਉਂ ਨਹੀਂ ਖੜ ਸਕਦੇ? ਇਹੋ ਜਿਹੇ ਸ਼ਖਸ਼ ਜਿਹੜੇ ਸਮਾਜ 'ਚ ਦੋ ਫੜ ਪਾਉਂਦੇ ਆ, ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ, ਤਾਂ ਜੋ ਹੋਰਾਂ ਨੂੰ ਕੰਨ ਹੋ ਜਾਣ ਵੀ ਇੱਦਾਂ ਨਹੀਂ ਕਰਨਾ। ਕਿਤੇ ਨਾ ਕਿਤੇ ਇਹ ਲੋਕ ਇਸ ਤਰ੍ਹਾਂ ਦੇ, ਕਿਉਂਕਿ ਬਿਆਨ ਲਗਾਤਾਰ ਸਾਹਮਣੇ ਆਉਂਦੇ ਜਾਂ ਫਿਲਮਾਂ ਵਿੱਚ ਹੋਏ, ਧਾਰਮਿਕ ਭਾਵਨਾ ਉਹਨਾਂ ਨੂੰ ਲਗਾਤਾਰ ਉਕਸਾਇਆ ਜਾਂਦਾ, ਇੱਕ ਦੂਜੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਤੇ ਮਤਲਬ ਇੱਕ ਠੇਸ ਪਹੁੰਚਾਉਣ ਦੀ ਗੱਲ ਹੈ, ਅਤੇ ਧਰਮਾਂ ਨੂੰ ਆਪਸ ਵਿੱਚ ਲੜਾਉਣ ਦੀ ਗੱਲ ਕੀਤੀ ਜਾ ਰਹੀ ਹੈ, ਜਾਣ ਬੁੱਝ ਕੇ ਇਸ ਤਰ੍ਹਾਂ ਦੇ ਟਿੱਪਣੀਆਂ ਕੀਤੀਆਂ ਜਾਂਦੀਆਂ। ਦੇਖੋ, ਇਹ ਜਿਹੜਾ ਹਿੰਦੂ ਰਾਸ਼ਟਰ ਦਾ ਮੁੱਦਾ ਲੈ ਕੇ ਤੁਰੇ ਨੇ ਨਾ ਸੈਂਟਰ ਤੋਂ, ਇਹ ਹੁਣ ਪੰਜਾਬ ਵੱਲ ਨੂੰ ਉਹਦੀ ਆਗਾਜ਼ ਕਰਨਾ ਚਾਹੁੰਦੇ ਹਾਂ। ਇਹ ਚਾਹੁੰਦੇ ਨੇ ਵੀ ਪੰਜਾਬ 'ਚ ਵੀ ਜੈ ਸ਼੍ਰੀ ਰਾਮ ਹੀ ਕਹਿਣ ਵਾਲਾ ਰਹੇ ਅਤੇ ਦੂਜਾ ਰਹੇ ਹੀ ਨਾ। ਸੋ ਅਸੀਂ ਤਾਂ ਰਾਮਚੰਦਰ ਜੀ ਦਾ ਵੀ ਸਤਿਕਾਰ ਕਰਦੇ ਹਾਂ, ਹੈ ਨਾ, ਕਿਉਂਕਿ ਦਸਮ ਬਾਣੀ ਦੇ ਵਿੱਚ ਲਿਖਿਆ ਵੀ ਰਾਮਚੰਦਰ ਵੀ ਵਾਹਿਗੁਰੂ ਆਪ ਹੀ ਸੀਗੇ, ਹੈ ਨਾ, ਕ੍ਰਿਸ਼ਨ ਜੀ ਵੀ ਕੇਸੀ ਪਕੜ ਕੰਸ, ਹੈ ਨਾ, ਕੰਸ ਕੇਸੀ ਪਕੜ ਕਰਾਇਆ। ਸੋ ਮਹਾਰਾਜ ਤਾਂ ਇਹੀ ਕਹਿੰਦੇ ਨੇ ਵੀ ਇਹ ਸਰਬ ਸਾਂਝੀ ਵਾਲਤਾ ਦੇ ਨਾਨਕ ਨੇ। ਬੇਨਤੀ ਇਹੀ ਹੈ ਕਿ ਜੇ ਹਜੇ ਵੀ ਅਸੀਂ ਆਪਣੇ ਗੁਰੂ ਲਈ ਨਹੀਂ ਖੜੇ ਹੋ ਸਕਦੇ, ਫਿਰ ਕਦੋਂ ਹੋਵੋਗੇ? ਅੱਛਾ, ਅਸੀਂ ਕਹਿੰਦੇ ਹਾਂ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ, ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ। ਨਿਸ਼ਾਨ ਸਾਹਿਬ ਤਾਂ ਬਾਬਾ ਜੀ 6ਵੇਂ ਪਾਤਸ਼ਾਹ ਜੀ ਦੇ ਵੇਲੇ ਆ ਕੇ ਹੈ ਨਾ ਪ੍ਰਚਲਿਤ, ਪਹਿਲਾਂ ਪਹਿਲੇ ਪਾਤਸ਼ਾਹ ਜੀ ਗੁਰੂ ਨਾਨਕ ਪਾਤਸ਼ਾਹ ਜੀ, ਅਤੇ ਉੱਥੋਂ ਤਾਂ ਤੁਸੀਂ ਤੁਰੋ, ਨਿਸ਼ਾਨ ਸਾਹਿਬ ਤਾਂ ਫਿਰ ਬਾਅਦ ਦੀ ਗੱਲ ਹੈ। ਨਾਨਕ ਪਾਤਸ਼ਾਹ ਦੇ ਲਈ ਸਮੁੱਚੇ ਸਮਾਜ ਨੂੰ ਇਹ ਸੁਨੇਹਾ ਦੇਣਾ ਚਾਹੀਦਾ ਵੀ ਅਸੀਂ ਨਾਲ ਖੜ੍ਹੇ ਹਾਂ, ਅਤੇ ਜਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਸਮਾਜ 'ਚ ਵੰਡ ਪਾਉਂਦੇ ਆ, ਇਹਨਾਂ ਦੇ ਖਿਲਾਫ਼ ਖੜ੍ਹੇ ਹਾਂ। ਕਿਤੇ ਨਾ ਕਿਤੇ ਪਰਚਾ ਹੋ ਚੁੱਕਿਆ, 5 ਦਿਨ ਉੱਪਰ ਵੀ ਹੋ ਚੁੱਕੇ ਨੇ, ਗ੍ਰਿਫਤਾਰੀ ਨਹੀਂ ਹੋ ਰਹੀ, ਕੀ ਮੰਨਦੇ ਹੋ ਕਿਉਂ ਨਹੀਂ ਹੋ ਰਹੀ ਤੁਸੀਂ? ਇਹ ਤਾਂ ਹੁਣ ਪ੍ਰਸ਼ਾਸਨ ਦੱਸੇ, ਲਾਪਰਵਾਹੀ ਕਿਤੇ, ਮੈਂ ਕਿੱਦਾਂ ਦੱਸ ਸਕਦਾ ਪ੍ਰਸ਼ਾਸਨ ਤਾਂ ਸ਼ਹਿ ਦੇ ਰਿਹਾ ਪ੍ਰਸ਼ਾਸਨ, ਉੱਦਾਂ ਤਾਂ ਚਿੜੀ ਨਹੀਂ ਫੜਕਣ ਦਿੰਦੇ ਕਹਿੰਦੇ ਸੀ, ਅਤੇ ਹੁਣ ਤਾਂ ਇਹ ਫਿਰ ਜਾਂ ਇਹਨਾਂ ਦੀਆਂ ਛੱਡੀਆਂ ਹੀ ਹੋਣੀਆਂ ਨੇ, ਕੀ ਕਹਿ ਸਕਦੇ ਹਾਂ? ਬਿਲਕੁਲ, ਕਿਤੇ ਨਾ ਕਿਤੇ ਰੋਸ਼ ਇਸ ਚੀਜ਼ ਦਾ ਕਿ ਗ੍ਰਿਫਤਾਰੀ ਨਹੀਂ ਹੋ ਰਹੀ, ਅਤੇ ਉਸ ਨੂੰ ਲੈ ਕੇ ਧਰਨਾ ਜਿਹੜਾ ਇੱਥੇ ਲਗਾਇਆ ਜਾ ਰਿਹਾ, ਅਣਮਿੱਥੇ ਸਮੇਂ ਲਈ ਜਿਹੜੀ ਗੱਲ ਕੀਤੀ ਜਾ ਰਹੀ ਹੈ, ਅਤੇ ਧਰਨਾ ਅਣਮਿੱਥੇ ਸਮੇਂ ਲਈ, ਅਣਮਿੱਥੇ ਸਮੇਂ ਜਦ ਤੱਕ ਉਹਦੀ ਗ੍ਰਿਫਤਾਰੀ ਨਹੀਂ ਪੈਂਦੀ। ਦੇਖੋ, ਅਸੀਂ ਕਿਸੇ ਨੂੰ ਤੰਗ ਨਹੀਂ ਕਰਨਾ ਚਾਹੁੰਦੇ, ਸਾਰਿਆਂ ਨੇ ਜੋਬ 'ਤੇ ਜਾਣਾ, ਬੱਚਿਆਂ ਦੀ ਕਮਾਈ ਹੈ, ਜੋਬ ਟੁੱਟਦੀ ਹੈ ਕਿਸੇ ਨੂੰ, ਹੈ ਨਾ, ਛੁੱਟੀ ਮਿਲ ਸਕਦੀ ਹੈ, ਨਾ ਹੋ ਸਕਦੀ ਹੈ 2 ਦਿਨ ਨਾ ਪਹੁੰਚੇ, ਅਸੀਂ ਨਹੀਂ ਡਿਸਟਰਬੈਂਸ ਚਾਹੁੰਦੇ। ਡਿਸਟਰਬੈਂਸ ਤਾਂ ਇਹ ਕਰਦੇ ਹਾਂ ਨਾ, ਕ੍ਰੀਏਟ ਕਰਦੇ ਜਿਹੜੇ ਲੋਕ,
ये जिहड़े क्रिएट करते असीं तां मजबूर हाँ, जे असीं हुण अपने पातशाह लई नहीं बैठांगे फिर किहदे लई बैठांगे। बिल्कुल जो है क्योंकि गुरुआं दी बेअदबी होई है तो उस रोश जिला दिलों में और जरूर सब के दिलों में दिखाई दे रहा। तो इधर तुम देख सकते हो कि एक सड़क पर जो चौंक है समराला चौंक लुधियाना का जिते बहुत वड्डा ट्रैफिक की आवाजाही हर समय रहती है तो उत्थे देखो जिहड़े बजुर्ग ने जवान ने वो सारे बैठे ने। तो इधर हालांकि यात्री भी जो है जरूर परेशान हो रहे होंगे लंबा जाम पिछे दिखाई दे रहा, लेकिन गिरफ्तारी जी है उसकी अनिल अरोड़ा की नहीं हुई, उसका रोश जो है उत्थे साफ दिखता पाया। गलबात करते हैं सर, किदा देख रहे हो तुम, गिरफ्तारी नहीं हो रही तो बेअदबी जो है लगातार गुरु ग्रंथ साहब की भी हो रही है तो हम गुरुआ की भी हो रही है? बहुत ही दुख की गल है जी, अज चार दिन हो गए उस बंदे दे परचे दर्ज होए नूं, पुलिस पता नहीं की कर रही है, उसकी कितनी कु अप्रोच आ, वह बिल्कुल ही शरेआम घूम रहा, पुलिस उसनूं गिरफ्तार नहीं कर रही। तो जिहड़े साडे पिता गुरु नानक देव जी ते उन्हें पंधी शब्दावली बोली आ, वह सिखां दे हिरदे बलूदरे गए हन। तो असीं बड़े ही पहलां भी असीं उहदे घर दा घराओ कीता सी जिस दिन परचा दर्ज नहीं कर रहे सी, ते सानूं बड़ा दुख हो रहा क्योंकि अज सारे चैनलों वाले साढ़े जिहड़े चैनलों दे खबरां चल रही हैं चाहे अखबारों में आ रही हैं वो जमालपुर का एरिया कह के, क्योंकि असीं जो साढ़े एरिए रहने वाला सी ते सानूं बड़ी ठेस पहुँचती आ। जिहड़ा अनिल अरोड़ा सी जमालपुर का, जदों कोई असीं खबर पढ़ते हाँ चैनल से सुनते हाँ जमालपुर का व्यक्ति सी, तो सो उस एक गंदे इंसान ने जिहड़ा बड़ा निंदण योग आ ये उन्हें शब्दावली बोली आ। असी प्रशासन को बेनती करते हैं कि उन्हें जल्दी तो जल्दी गिरफ़्तार किया जाए, नहीं तो संघर्ष को होर तेज़ किया जाए। बिल्कुल जो है अनिल अरोड़ा की गिरफ़्तारी की मांग लगातार की जा रही है, नाल ये कहा जा रहा है कि जेकर उसकी गिरफ़्तारी जिनी लेट होगी उन्ना ही जो है संघर्ष जो है और तिखा होगा। तस्वीर और दिखा देने तुहानू कि आ देखो वड्डा कट्ठ जिहड़ा हुण समराला चौंक ते नज़र आने लग पिया, तो वख वख जत्थेबंदियां जिहड़ियां ने वो इत्थे पुज रही हैं। और भी गलबात करांगे, उस तो पहला तुसी देख रहे हो कि हर वर्ग के लोग जिहड़े ने इत्थे मुस्लिम भाईचारे के ईसाई भाईचारे के हिंदू भाईचारे के वो भी इत्थे पहुँच चुके हैं, क्योंकि गुरु नानक देव जी हर धर्म के लोग जिहड़े उन्होंने मानते हैं। तो गलबात करते हैं तुसी इधर देख सकते हो कि मुस्लिम भाईचारे के जिहड़े लोग ने जिहड़े आगू ने वो भी इत्थे मौजूद ने, तो गलबात उन्होंने करते हैं। सर सरब सांझे गुरु सी गुरु नानक देव जी, मुस्लिम भाईचारा भी उन्होंने पूरी मान सम्मान देता अपना गुरु मानता है, तो एक जिहड़ा एक पागल व्यक्ति कहा जा सकता है जिसने गुरु जी की बेअदबी की है, गलत शब्दावली इस्तेमाल की है, उन्होंने बारे तुम की सोचते हो? पहली गल तो मैं तुम्हें दसनी चाहूँगा कि गुरु साहब जी बेअदबी तो हो ही नहीं सकती, बेअदबी तो बहुत उपर ने हो एक नूरानी प्रकाश ने। हाँ ये मानसिकता उस गंदे बंदे की है, उसके पिछले जो संगठन काम कर रहा है मानसिकता वो है, तो यह मानसिकता जरा यह नलायक प्रशासन है कि सानू समराला चौक के धरना दे के बहना पै रहा है। एफ आई नंबर 247 दर्ज हुई है जिन्हें उक्त दोषियों ने बाबा नानक जी के परिवार वास्ते ते बाबा नानक जी वास्ते ते होर धर्मां वास्ते बड़ी गंदी ते मंदी शब्दावली का प्रयोग किया, जिसते 247 नंबर एफ आई आर दर्ज हुई है थाना नंबर 3 लुधियाना विखे, ते हजे तक प्रशासन अधिकारियों ने वो दोषी नूं गिरफ़्तार नहीं किया। जिहदे रोस वरूप अज सानूं समराला चौंक ते बहना पिया, ते बाबा नानक जी जिहड़े पूरी दुनिया की चादर ने जिन्होंने जात पात तों उपर ते सब नूं एक प्रकाश अंदर पुरो के एक संदेश दिता, जिथे मुसलमानों नूं नमाज पढ़न का तरीका दस्या, हिंदू भाईचारे नूं पखंड तों अलावा पूजा करन का सही तरीका दस्या, उन्हां दे वास्ते ये जिहड़ी मंदी शब्दावली वरत के इन्हों गंदा इंसानों ने दोष किया, जब तक यदा इंसाफ नहीं मिलेगा समराला चौक तो धरना चुकया नहीं जाऊंगा। बिल्कुल जो कि मुस्लिम भाईचारे में भी बहुत ज़्यादा जो है रोष नज़र आ रहा, तो उसके बाद इधर तुम्हें दिखाना चाहवागे कि हिंदू आगू जिहड़े ने गुरदेव शर्मा देवी जी भी इत्थे बैठे ने भाजपा नाल संबंधित ने नेता ने, उन्होंने भी गलबात करते हैं। देवी जी किदा देखते हो एक जिहड़ा गलत शब्दावली इस्तेमाल की है गुरु नानक देव जी, क्योंकि सब दे सांझे ने? देखो धन गुरु नानक देव जी के बारे जी गलत टिप्पणी की गई है, मैं सब तो पहले तो निखेधी करना, और मैं पुलिस कमिश्नर साहब को भी कहना चाहना भी कमिश्नर साहब 3 दिन 4 दिन हो गया उस बंदे परचा होए नो, आप क्यों नहीं रैसट किया, क्यों शहर का माहौल खराब कर रहे हैं? और मैं अज सारे अपने शहर वासियों को भी बेनती करना चाहना भी आओ अज सारे असी लोग इकट्ठे हो गए जिहड़े इहो जिहे देशद्रोही लोग ने जिहड़े साडे गुरुआं दे बारे गलत टिप्पणियां करते हैं, उन्हां लोकां दे नत्त पाणी है, चाहे किसी धर्म के बारे भी कोई गलत बोलता है वो पहले सब तो वड्डी माड़ी गल है, पर जे असी उन्हों रोकना चाहते हैं आओ असी अजे एक प्लेटफार्म से हो के अजे पहल करांगे, और जिहड़ा पंजाब दे विच दोबारा कोई इहो जिहा जिहड़ी टिप्पणी ना करे इहो जिहा एक माहौल शहर दे विच पैदा कर दी है।
ਗੁਰੂ ਜੀ ਤੁਸੀਂ ਵੀ ਧਰਨੇ ਤੇ ਬੈਠੇ ਹੋ ਕਿੱਦਾਂ ਦੇਖਦੇ ਹੋ ਕਿ ਲਗਾਤਾਰ ਜਿਹੜੇ ਆ ਚਾਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਹੋਵੇ ਜਾਂ ਹੁਣ ਗੁਰੂ ਨਾਨਕ ਦੇਵ ਜੀ ਬਾਰੇ ਜਿਹੜਾ ਮੰਦੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਕਿੱਦਾਂ ਦੇਖਦੇ ਹੋ ਦੇਖੋ ਇਹਦਾ ਜਿਹੜਾ ਮਾਹੌਲ ਹੈ ਨਾ ਆਪਣੇ ਪੰਜਾਬ ਦਾ ਕਿਸੇ ਨੂੰ ਨਜ਼ਰ ਲੱਗ ਗਈ ਆ ਇਹ ਪਹਿਲਾਂ ਨਹੀਂ ਇੱਦਾਂ ਹੁੰਦਾ ਸੀ ਇਹ ਕੁਝ ਕੁ ਸਾਲਾਂ ਤੋਂ ਜਦੋਂ ਗੁਰੂ ਸਾਹਿਬ ਦੀ ਬੇਅਦਬੀ ਵਾਲਾ ਕੰਮ ਸ਼ੁਰੂ ਹੋਇਆ ਇਹ ਉਦੋਂ ਦਾ ਮਾਹੌਲ ਜਾਗ ਗਿਆ ਤੁਸੀਂ ਇੱਕ ਗੱਲ ਦੇਖ ਸਕਦੇ ਹੋ ਜਿਹੜੇ 5-7 ਬੰਦੇ ਨੇ ਟੋਟਲ ਪੰਜਾਬ ਦੇ ਜਾਂ ਲੁਧਿਆਣੇ ਦੇ ਜਿਹੜੇ ਬੰਦੇ ਗਨਮੈਨਾਂ ਦੇ ਲਾਲਚ 'ਚ ਗੁਰੂ ਸਾਹਿਬ ਦੀ ਬੇਅਦਬੀ ਕਰਦੇ ਆ ਅਤੇ ਮਾੜੇ ਬਿਆਨ ਦਿੰਦੇ ਨੇ ਅਤੇ ਪੁਲਿਸ ਪ੍ਰਸ਼ਾਸਨ ਦੇਖੋ ਤੁਸੀਂ ਇੰਨੇ ਤਿੱਖੇ ਸਵਾਲ ਕਰਦੇ ਹੋ ਹਰ ਗੱਲ ਪੁੱਛਦੇ ਹੋ ਤੁਹਾਨੂੰ ਗਨਮੈਨ ਦੀ ਲੋੜ ਹੈ ਤੁਹਾਨੂੰ ਤਾਂ ਕੋਈ ਗਨਮੈਨ ਦੀ ਲੋੜ ਨਹੀਂ ਨਾ ਅਤੇ ਜਿਹੜੇ ਘਟੀਆ ਮਾਨਸਿਕਤਾ ਵਾਲੇ ਇਹਨਾਂ ਨੂੰ 25-25-30-30 ਗਨਮੈਨ ਦਿੱਤੇ ਜਿਹੜਾ ਧਰਮ ਬਾਰੇ ਹਰ ਧਰਮ ਦੀ ਸਤਿਕਾਰ ਨਹੀਂ ਕਰਦੇ ਆਪਣੇ ਧਰਮ ਪ੍ਰਤੀ ਵੀ ਵਫ਼ਾਦਾਰ ਨਹੀਂ ਹੈਗੇ ਤਾਂ ਹੀ ਤੁਸੀਂ ਦੂਜੇ ਧਰਮ ਨੂੰ ਬੋਲਦੇ ਕਿਸੇ ਧਰਮ ਨੇ ਇਹ ਗੱਲ ਸਿਖਾਈ ਹੈ ਕਿ ਆਪਾਂ ਕਿਸੇ ਧਰਮ ਬਾਰੇ ਬਾਲਤੂ ਬੋਲੀਏ ਇਹ ਗੁਰੂ ਨਾਨਕ ਪਾਤਸ਼ਾਹ ਜਗਤ ਗੁਰੂ ਨੇ ਸਾਡੇ ਸੰਸਾਰ ਦੇ ਸਾਰਿਆਂ ਦੇ ਗੁਰੂ ਨੇ ਅਤੇ ਕਿੰਨਾ ਕੁ ਘਟੀਆ ਮਾਨਸਿਕਤਾ ਵਾਲਾ ਬੰਦਾ ਹੋਊਗਾ ਜਿਹੜਾ ਸੱਚੇ ਪਾਤਸ਼ਾਹ ਬਾਰੇ ਗਲਤ ਬੋਲ ਰਿਹਾ ਮੈਂ ਤਾਂ ਇਹੀ ਗੱਲ ਕਹਾਂਗਾ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਅੱਗ ਭੱਜਣ ਕਿਉਂ ਦਿੰਦੇ ਹੋ ਤੁਹਾਨੂੰ ਪਤਾ ਵੈ ਇਹ 5-7 ਬੰਦੇ ਜਿਹੜਾ ਸ਼ਹਿਰ ਦਾ ਮਾਹੌਲ ਖਰਾਬ ਕਰ ਰਹੇ ਆ ਤੁਸੀਂ ਇਹਨਾਂ ਨੂੰ ਪਹਿਲਾਂ ਹੀ ਕਿਉਂ ਨਹੀਂ ਰੋਕਦੇ ਕਿਉਂਕਿ ਇਹ ਅੱਜ ਨਹੀਂ ਇਹ ਫੇਸਬੁੱਕ 'ਤੇ ਲਗਾਤਾਰ ਗਲਤ ਟਿੱਪਣੀਆਂ ਕਰਦਾ ਅੱਜ ਤਾਂ ਇਹਦਾ ਕੋਈ ਸਬੂਤ ਹੱਥ ਲੱਗ ਗਿਆ ਤਾਂ ਲੋਕ ਸੜਕਾਂ 'ਤੇ ਬੈਠੇ ਆ ਇਹ ਅੱਜ ਦਾ ਨਹੀਂ ਕੱਲ੍ਹ ਦਾ ਗੰਦ ਬੋਲਦਾ ਇਹਨੂੰ ਜੇਲ੍ਹਾਂ ਦੇ ਸਲਾਖ ਦੇ ਪਿੱਛੇ ਰੱਖਣਾ ਚਾਹੀਦਾ ਅਤੇ ਇਹਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਬਿਲਕੁਲ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ 'ਤੇ ਵੀ ਸਵਾਲ ਉੱਠ ਰਹੇ ਨੇ ਕਿਉਂਕਿ ਹੁਣ ਉਹਨਾਂ ਦਾ ਕਹਿਣਾ ਕਿ ਲੋਕਾਂ ਨੂੰ ਵੀ ਕੀ ਸਭ ਨੂੰ ਪੁਲਿਸ ਪ੍ਰਸ਼ਾਸਨ ਨੂੰ ਵੀ ਪਤਾ ਕਿ ਕੁਛ ਲੋਕ ਜਿਹੜੇ ਨੇ ਮਾਹੌਲ ਖਰਾਬ ਕਰਦੇ ਨੇ ਗਲਤ ਟਿੱਪਣੀਆਂ ਕਰਦੇ ਨੇ ਤਾਂ ਉਹਨਾਂ ਦੀ ਵਜ੍ਹਾ ਹੀ ਜਿਹੜਾ ਆਪਸੀ ਭਾਈਚਾਰਾ ਉਹ ਵੀ ਕਿਤੇ ਨਾ ਕਿਤੇ ਟੁੱਟਦਾ ਹੋਇਆ ਨਜ਼ਰ ਆਉਂਦਾ ਔਰ ਵੀ ਗੱਲਬਾਤ ਕਰਾਂਗੇ ਤਸਵੀਰਾਂ ਇੱਧਰ ਤੁਹਾਨੂੰ ਦਿਖਾ ਦਈਏ ਕਿ ਦੂਰ ਤੱਕ ਜਿਹੜੇ ਨੇ ਜਾਮ ਲੱਗੇ ਨੇ ਹਾਲਾਂਕਿ ਲੋਕ ਵੀ ਥੋੜ੍ਹੇ ਜਿਹੇ ਪਰੇਸ਼ਾਨ ਜ਼ਰੂਰ ਨਜ਼ਰ ਆ ਰਹੇ ਨੇ ਪੈਦਲ ਉਹਨਾਂ ਨੂੰ ਆਉਣਾ ਪੈ ਰਿਹਾ ਲੇਕਿਨ ਕਿਤੇ ਨਾ ਕਿਤੇ ਕਿਉਂਕਿ ਧਾਰਮਿਕ ਭਾਵਨਾ ਹੈ ਅਤੇ ਉਸ ਵਿੱਚ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਜ਼ਰੂਰ ਬਣ ਜਾਂਦੇ ਨੇ ਔਰ ਵੀ ਗੱਲਬਾਤ ਕਰਾਂਗੇ ਜਿਹੜੇ ਆਗੂ ਇੱਥੇ ਆਏ ਨੇ ਜਿਹੜੇ ਵਰਕਰ ਨੇ ਯੂਥ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਪ੍ਰੀਤ ਸਿੰਘ ਮੱਖੂ ਜੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਮੱਖੂ ਜੀ ਇੱਕ ਵਾਰ ਫਿਰ ਸਿੱਖ ਧਰਮ ਨੂੰ ਟਾਰਗੇਟ ਕੀਤਾ ਗਿਆ ਕਿੱਦਾਂ ਦੇਖਦੇ ਹੋ ਭਾਜੀ ਸਿੱਖ ਧਰਮ ਨੂੰ ਟਾਰਗੇਟ ਸ਼ਬਦ ਤੁਸੀਂ ਵਰਤਿਆ ਵੀ ਕੀਤਾ ਗਿਆ ਜਦੋਂ ਕੋਈ ਚੀਜ਼ ਵਾਰ ਵਾਰ ਟਾਰਗੇਟ ਹੁੰਦੀ ਹੈ ਤਾਂ ਫਿਰ ਉੱਥੇ ਸਾਨੂੰ ਇਹ ਚੀਜ਼ ਸਮਝ ਲੈਣੀ ਚਾਹੀਦੀ ਹੈ ਜਿਹੜੇ ਕਹਿੰਦੇ ਵੀ ਸਿੱਖ ਹਿੰਦੂਆਂ ਵਿੱਚੋਂ ਨਿਕਲੇ ਆ ਜਾਂ ਕਿਸੇ ਹੋਰ ਵਿੱਚੋਂ ਨਿਕਲੇ ਆ ਇਹਦਾ ਮਤਲਬ ਜੇ ਵਾਰ ਵਾਰ ਅਸੀਂ ਟਾਰਗੇਟ ਹੋ ਰਹੇ ਹਾਂ ਤਾਂ ਅਸੀਂ ਕਿਸੇ ਵਿੱਚੋਂ ਨਹੀਂ ਨਿਕਲੇ ਸਾਡੀ ਆਪਣੇ ਆਪ ਦੀ ਇੱਕ ਹੋਂਦ ਹੈ ਇਸ ਕਰਕੇ ਅਸੀਂ ਵਾਰ ਵਾਰ ਟਾਰਗੇਟ ਹੁੰਦੇ ਹਾਂ ਰਹੀ ਗੱਲ ਜਿਹੜਾ ਟਾਰਗੇਟ ਕੀਤਾ ਗਿਆ ਉਹ ਸ਼ਖਸ ਵੱਲੋਂ ਕੀਤਾ ਗਿਆ ਉਹਨੂੰ ਕਮਿਊਨਿਟੀ ਵੱਲੋਂ ਨਹੀਂ ਮੈਂ ਕਹਾਂਗਾ ਕਿਉਂਕਿ ਜੇ ਅਸੀਂ ਕਮਿਊਨਿਟੀ ਵੱਲੋਂ ਕਹਾਂਗੇ ਤਾਂ ਜਿਹੜੇ ਵੀਰ ਸਾਡੇ ਹਿੰਦੂ ਭਰਾ ਨਾਲ ਆ ਕੇ ਖੜੇ ਨੇ ਉਹ ਵੀ ਕਿਤੇ ਨਾ ਕਿਤੇ ਟਾਰਗੇਟ ਹੋਣਗੇ ਇਸ ਕਰਕੇ ਜਿਹੜਾ ਗੰਦੇ ਪੰਜਾਬ ਵਿੱਚ ਕੁਛ ਹੀ ਲੋਕ ਨੇ ਇਹੋ ਜਿਹੇ ਜਿਨ੍ਹਾਂ ਦੇ ਲਗਾਤਾਰ ਧਰਮਾਂ ਨੂੰ ਲੈ ਕੇ ਖਾਸ ਕਰ ਸਿੱਖ ਧਰਮਾਂ ਤੋਂ ਲੈ ਕੇ ਟਿੱਪਣੀਆਂ ਕਰਦੇ ਨੇ ਜੀ ਅਤੇ ਉਹਦੇ ਵਿੱਚ ਕੁਛ ਸਿੱਖ ਚਿਹਰੇ ਵੀ ਨੇ ਜੀ ਤੁਹਾਨੂੰ ਪਤਾ ਹੀ ਹੈ ਅਤੇ ਉਹ ਵੀ ਕਰ ਰਹੇ ਨੇ ਟਾਰਗੇਟ ਅਤੇ ਇਹ ਕਿੱਦਾਂ ਮਤਲਬ ਬਰਦਾਸ਼ਤ ਕਰਾਂਗੇ ਕਿਉਂਕਿ ਲਗਾਤਾਰ ਜੋ ਹੈ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਕਦੀ ਬੇਅਦਬੀਆਂ ਹੁੰਦੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਅਤੇ ਕਦੀ ਹੁਣ ਗੁਰੂ ਨਾਨਕ ਦੇਵ ਜੀ ਉੱਤੇ ਇੰਨਾ ਵੱਡਾ ਜੋ ਹੈ ਉਹ ਲਗਾਇਆ ਗਿਆ ਪ੍ਰਸ਼ਾਸਨ ਦਾ ਫੇਲੀਅਰ ਹੈ ਜਦੋਂ ਪ੍ਰਸ਼ਾਸਨ ਉਹਨਾਂ ਬੰਦਿਆਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਨਹੀਂ ਪ੍ਰਾਪਤ ਕਰਦੀ ਅਤੇ ਫਿਰ ਬਾਕੀ ਵੀ ਜਿਹੜੇ ਨੇ ਉਹ ਬੋਲਦੇ ਨੇ ਅਤੇ ਜਿਹੜਾ ਤੁਸੀਂ ਇੱਕ ਗੱਲ ਕੀਤੀ ਹੈ ਵੀ ਕਿਤੇ ਸਿੱਖਾਂ ਵੱਲੋਂ ਕਿਤੇ ਦੂਜਿਆਂ ਵੱਲੋਂ ਰਹੀ ਗੱਲ ਜਦੋਂ ਇਹੋ ਜਿਹੀ ਗੱਲ ਆਵੇਗੀ ਭਾਵਨਾ ਮਾਰੋ ਲਾਂਬੂ ਲੱਗਾ ਹੋਵੇਗਾ ਅਤੇ ਕਈ ਵਾਰੀ ਐਕਸ਼ਨ ਦਾ ਰੀਐਕਸ਼ਨ ਜਜ਼ਬਾਤਾਂ ਦੇ ਵਿੱਚੋਂ ਆ ਜਾਂਦਾ ਹੈ ਉੱਥੇ ਸਾਨੂੰ ਇਹ ਸਮਝਣਾ ਪਏਗਾ ਵੀ ਸ਼ੁਰੂਆਤ ਕਿਹਨੇ ਕੀਤੀ ਸੀ ਦੋਸ਼ੀ ਕਿਹੜਾ ਬੰਦਾ ਸੀ ਕਿੱਦਾਂ ਦੇਖਦੇ ਹੋ ਗ੍ਰਿਫਤਾਰੀ ਨਹੀਂ ਹੋ ਰਹੀ ਲਗਾਤਾਰ 4-5 ਦਿਨ ਗ੍ਰਿਫਤਾਰੀ ਨਾ ਹੋਈ ਤਾਂ ਫਿਰ ਲੰਮੇ ਸਮੇਂ ਲਈ ਇੱਥੇ ਬੈਠੇ ਆ ਅਤੇ ਵੀਰ ਬੈਠੇ ਰਹਿਣਗੇ ਇਹਨਾਂ ਨੇ ਸ਼ਬਦ ਵਰਤਿਆ ਵੀ ਅਣਮਿੱਥੇ ਸਮੇਂ ਲਈ ਅਤੇ ਅਣਮਿੱਥੇ ਸਮੇਂ ਦੇ ਵਿੱਚ ਕੋਈ ਗਿਣਤੀ ਮਿਣਤੀ ਜਿਹੜੀ ਮਿੱਥੀ ਨਹੀਂ ਜਾ ਸਕਦੀ ਹੁੰਦੀ ਹੁਣ ਜਿੰਨੀ ਦੇਰ ਤੱਕ ਦੋਸ਼ੀ ਫੜੇ ਨਹੀਂ ਜਾਂਦੇ ਕਿਉਂਕਿ ਮੈਂ ਇਹ ਨਹੀਂ ਕਹਿੰਦਾ ਦੋਸ਼ੀ ਫੜਿਆ ਨਹੀਂ ਜਾਂਦਾ ਮੈਂ ਕਹਿੰਦਾ ਦੋਸ਼ੀ ਫੜੇ ਨਹੀਂ ਜਾਂਦੇ ਮੈਂ ਬਹੁਵਚਨ ਵਿੱਚ ਲੈ ਰਿਹਾ ਹਾਂ ਕਿਉਂਕਿ ਦੋਸ਼ੀ ਇੱਕ ਨਹੀਂ ਹੈ ਦੋਸ਼ੀ ਬਹੁਤ ਜ਼ਿਆਦਾ ਨੇ ਸਾਰੇ ਕਾਬੂ ਹੋਣੇ ਚਾਹੀਦੇ ਨੇ ਹਾਲਾਂਕਿ ਅਨਿਲ ਅਰੋੜਾ ਦਾ ਨਾਂ ਆ ਰਿਹਾ ਲੇਕਿਨ ਕਿਉਂਕਿ ਇਸ ਤਰ੍ਹਾਂ ਦੀ ਕੜੀ ਲਗਾਤਾਰ ਅੱਗੇ ਵੱਧਦੀ ਜਾ ਰਹੀ ਹੈ ਉਹਨਾਂ ਦੇ ਬਾਰੇ ਕੀ ਕਹੋਗੇ ਜੇ ਦੂਜੇ ਨੇ ਭਾਜੀ ਸਾਰਿਆਂ ਦਾ ਬਿਲਕੁਲ ਮੈਂ ਤਾਂ ਕਹਿ ਰਿਹਾ ਹਾਂ ਵੀ ਜਿੰਨੇ ਵੀ ਗਰੁੱਪ ਦੇ ਵਿੱਚ ਨੇ ਜਿਹੜੇ ਦੰਦ ਕੱਢਦੇ ਨੇ ਉਹ ਵੀ ਜਿਹੜੇ ਹੱਸਦੇ ਨੇ ਉਹ ਵੀ ਜਿਨ੍ਹਾਂ ਨੇ ਗਰੁੱਪ ਬਣਾਇਆ ਉਹ ਵੀ ਜਿਹੜੇ ਵਿੱਚ ਹੰਗਾਰਾ ਭਰਦੇ ਨੇ ਉਹ ਵੀ ਸਾਰੇ ਜਿਹੜੇ ਵੀ ਕਹਿਣ ਨੇ ਉਹ ਸਾਰੇ ਦੋਸ਼ੀ ਨੇ ਤੇ ਦੋਸ਼ੀ ਕਾਬੂ ਕੀਤੇ ਜਾਣ ਬਿਲਕੁਲ ਜੋ ਹੈ ਲਗਾਤਾਰ ਮੰਗ ਉਹੀ ਉੱਠਦੀ ਪਈ ਹੈ ਕਿ ਦੋਸ਼ੀ ਜਿਹੜੇ ਨੇ ਚਾਹੇ ਕੋਈ ਵੀ ਦੋਸ਼ੀ ਹੋਵੇ ਅਨਿਲ ਅਰੋੜਾ ਹੋਵੇ ਜਾਂ ਜੋ ਹੋਰ ਵੀ ਜੋ ਬੇਅਦਬੀਆਂ ਵਿੱਚ ਸ਼ਾਮਿਲ ਹੁੰਦੇ ਨੇ ਜਾਂ ਜਿਹੜੇ ਨੇ ਗੁਰੂ ਸਾਹਿਬ ਦੇ ਪ੍ਰਤੀ ਜੋ ਹੈ ਗਲਤ ਸ਼ਬਦਾਵਲੀ ਇਸਤੇਮਾਲ ਕਰਦੇ ਨੇ ਉਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਸਿੱਖ ਯੂਥ ਜੋ ਹੈ ਉਹਨਾਂ ਵਿੱਚ ਵੀ ਇਸ ਗੱਲ ਨੂੰ ਬਹੁਤ ਜ਼ਿਆਦਾ ਰੋਸ਼ ਉਹਨਾਂ ਵਿੱਚ ਦੇਖਣ ਨੂੰ ਮਿਲਿਆ ਅਤੇ ਉਹ ਵੀ ਇੱਥੇ ਧਰਨੇ ਵਿੱਚ ਮੌਜੂਦ ਨੇ ਕਿੱਦਾਂ ਦੇਖ ਰਹੇ ਹੋ ਜੀ ਕਿ ਲਗਾਤਾਰ ਜੋ ਹੈ ਕਦੇ ਬੇਅਦਬੀ ਹੋ ਰਹੀ ਹੈ ਕਦੇ ਗੁਰੂਆਂ ਦੇ ਮਾਨ ਸਨਮਾਨ ਵਿੱਚ ਜੋ ਹੈ ਠੇਸ ਪਹੁੰਚਾਈ
ਕਿਹੜਾ ਪ੍ਰੈਸ਼ਰ ਆ ਪ੍ਰਸ਼ਾਸਨ ਦੇ ਅੰਡਰ ਤਾਂ ਕਿ ਇੱਕ ਬੰਦਾ ਜਿਹੜਾ ਗ੍ਰਿਫਤਾਰ ਨਹੀਂ ਹੋ ਰਿਹਾ? ਕੀ ਗੱਲ ਉਹ ਲੁਧੇਣ ਆ, ਕੀ ਗੱਲ ਅਫਗਾਨਿਸਤਾਨ ਦੀਆਂ ਪਹਾੜੀਆਂ ਦੇ ਵਿੱਚ ਜਾ ਕੇ ਲੁਕਿਆ ਹੋਇਆ? ਜਿਹੜਾ ਪ੍ਰਸ਼ਾਸਨ ਨੂੰ ਹਜੇ ਤੱਕ ਕੋਈ ਬੰਦਾ ਨਹੀਂ ਟਰੇਸ ਹੋ ਰਿਹਾ। ਸੋ ਅਸੀਂ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਪ੍ਰਸ਼ਾਸਨ ਨੂੰ, ਚਾਹੀਦਾ ਜਲਦੀ ਤੋਂ ਜਲਦੀ ਇੱਦਾਂ ਦੇ ਜਿਹੜੇ ਵਿਅਕਤੀ ਆ ਉਹਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਦੇਣਾ ਚਾਹੀਦਾ, ਤਾਂ ਕਿ ਜਿਹੜਾ ਕਮਿਊਨਲ ਸਪਰੈਡ ਆ, ਜਿਹੜੀ ਆਪਸੀ ਸਾਡਾ ਭਾਈਚਾਰਾ ਬਣਿਆ ਹੋਇਆ ਵਾ, ਉਹ ਐਜ਼ ਇਟ ਇਜ਼ ਬਣਿਆ ਰਹੇ। ਕੁਝ ਲੋਕ ਅਨਿਲ ਅਰੋੜਾ ਦੀ ਗੱਲ ਤਾਂ ਅੱਜ ਹੋ ਰਹੀ ਹੈ, ਲੇਕਿਨ ਇਹਦੇ ਇਲਾਵਾ ਵੀ ਕੁਝ ਸਿੱਖ ਚਿਹਰੇ ਵੀ ਨੇ ਜਿਹੜੇ ਆਪਸੀ ਭਾਈਚਾਰੇ ਵਿੱਚ ਪਾਰਟ ਪਾਉਣਾ ਚਾਹੁੰਦੇ ਆ, ਤੁਸੀਂ ਵੀ ਜਾਣਦੇ ਹੋਗੇ, ਅਤੇ ਕਿੱਦਾਂ ਦੇਖਦੇ ਹੋ? ਕਿਉਂਕਿ ਉਹ ਜਿਹੜੇ ਕੁਝ ਲੋਕਾਂ ਦੇ ਨਾਲ ਜਿਹੜੇ ਬਿਆਨਬਾਜ਼ੀ ਕਰਦੇ ਨੇ, ਗਲਤ ਬਿਆਨਬਾਜ਼ੀ ਕਰਦੇ, ਉਹਨਾਂ ਦੇ ਨਾਲ ਮਿਲੇ ਹੋਏ ਨੇ? ਦੇਖੋ, ਕਾਲੀਆਂ ਭੇਡਾਂ ਹਰੇਕ ਜਗ੍ਹਾ ਹੁੰਦੀਆਂ ਨੇ, ਉਹਨਾਂ ਨੂੰ ਕਿਤੇ ਨਕਾਰਿਆ ਨਹੀਂ ਜਾ ਸਕਦਾ। ਚਾਹੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਵੇ, ਉਦੋਂ ਵੀ ਜਿਹੜੀ ਡੋਗਰਿਆਂ ਨੇ ਤੁਸੀਂ ਕਹਿ ਸਕਦੇ ਹੋ ਗਦਾਰੀ ਕੀਤੀ, ਅਤੇ ਹੁਣ ਕੁਝ ਕਾਲੀਆਂ ਭੇਡਾਂ ਸਾਡੇ ਵਿੱਚ ਵੀ ਨੇ। ਅਸੀਂ ਇਸ ਗੱਲ ਤੋਂ ਕਦੇ ਚਿੱਤ ਵੀ ਮੁਨਕਰ ਨਹੀਂ ਆ ਵੀ ਉਹ ਕਾਲੀਆਂ ਭੇਡਾਂ ਸਾਡੇ ਵਿੱਚ ਨਹੀਂ ਹੈਗੀਆਂ, ਪਰ ਇਹ ਸਾਨੂੰ ਲੋਕਾਂ ਨੂੰ ਦੇਖਣਾ ਪੈਣਾ ਵੀ ਉਹ ਕਾਲੀਆਂ ਭੇਡਾਂ ਨਾਲ ਅਸੀਂ ਕਿਵੇਂ ਨਿਬੜਨਾ। ਬਿਲਕੁਲ, ਜੋ ਹੈ ਕਿਉਂਕਿ ਹਰ ਧਰਮ ਦੇ ਵਿੱਚ, ਜਾਂ ਕਾਲੀਆਂ ਭੇਡਾਂ ਦੀ ਜਿਹੜੀ ਗੱਲ ਕੀਤੀ ਉਹ ਵੀ ਹੈਗੀ, ਅਤੇ ਸਿੱਖ ਧਰਮ ਵਿੱਚ ਵੀ ਕੁਛ ਇਸ ਤਰ੍ਹਾਂ ਦੇ ਚਿਹਰੇ ਸਾਹਮਣੇ ਆਉਂਦੇ ਰਹਿੰਦੇ ਨੇ ਅਕਸਰ, ਜਿਹੜੇ ਜੋ ਹੈ ਬੇਅਦਬੀ ਦੇ ਮਾਮਲੇ ਵਿੱਚ ਜਾਂ ਗੁਰਬਾਣੀ ਮਾਨ ਸਨਮਾਨ ਵਿੱਚ ਠੇਸ ਪਹੁੰਚਾਉਂਦੇ ਨਜ਼ਰ ਆਉਂਦੇ ਨੇ। ਹੋਰ ਵੀ ਗੱਲਬਾਤ ਕਰਾਂਗੇ, ਪਹਿਲਾਂ ਤੁਹਾਨੂੰ ਤਸਵੀਰਾਂ ਇੱਕ ਵਾਰ ਉਹ ਤੇ ਦਿਖਾ ਦਿੰਦੇ ਹਾਂ ਕਿ ਵੱਡੇ ਜਿਹੜਾ ਇਕੱਠ ਇੱਥੇ ਲਗਾਤਾਰ ਨਜ਼ਰ ਆ ਰਿਹਾ, ਅਤੇ ਉੱਧਰ ਤਸਵੀਰਾਂ ਤੁਸੀਂ ਦੇਖੋ ਕਿ ਇੱਕ ਸਮਰਾਲਾ ਚੌਂਕ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਅਤੇ ਟ੍ਰੈਫਿਕ ਜਿਹੜਾ ਜਾਮ ਕਰ ਦਿੱਤਾ ਗਿਆ। ਲਗਾਤਾਰ ਜਿਹੜੇ ਨੇ ਜਥੇਬੰਦੀਆਂ ਇੱਥੇ ਪਹੁੰਚ ਰਹੀਆਂ ਨੇ, ਅਤੇ ਉਹਨਾਂ ਦਾ ਹੋਰ ਵੀ ਜਿਹੜੇ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਜਿਹੜੇ ਯੂਥ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਉਹ ਦੇਖਦੇ ਨੇ, ਅਤੇ ਹੋਰ ਵੀ ਯੂਥ ਜਿਹੜੇ ਨੇ ਸਾਡੇ ਨਾਲ ਨੇ ਉਹ ਕਿਸ ਤਰ੍ਹਾਂ ਦੇਖਦੇ ਨੇ, ਕਿਉਂਕਿ ਹਾਲਾਂਕਿ ਯੂਥ ਜਿਹੜਾ ਧਰਮ ਤੋਂ ਕਿਧਰੇ ਨਾ ਕਿਧਰੇ ਪਿੱਛੇ ਹੁੰਦਾ ਦਿਖਾਈ ਦੇ ਰਿਹਾ ਸੀ, ਲੇਕਿਨ ਅੱਜ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਬੇਅਦਬੀ ਵਾਲੀ ਗੱਲ ਆਈ ਹੈ ਸਾਹਮਣੇ, ਜਿਹੜਾ ਉਹਨਾਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਈ ਗਈ ਹੈ ਇੱਕ ਅਨਿਲ ਅਰੋੜਾ ਵਰਗੇ ਸ਼ਖਸ ਵੱਲੋਂ, ਕਿੱਦਾਂ ਦੇਖਦੇ? ਮੈਂ ਤਾਂ ਤੁਹਾਨੂੰ ਪੁੱਛਦਾ ਕਿ ਤੁਹਾਨੂੰ ਠੇਸ ਨਹੀਂ ਪਹੁੰਚੀ? ਬਿਲਕੁਲ। ਪੁਲਿਸ ਨੂੰ ਪੁੱਛਿਆ, ਪੁਲਿਸ ਨੂੰ ਠੇਸ ਨਹੀਂ ਪਹੁੰਚੀ? ਉਹ ਕਹਿੰਦੇ ਪਹੁੰਚੀ ਆ। ਪ੍ਰਸ਼ਾਸਨ ਨੂੰ ਪੁੱਛਿਆ, ਠੇਸ ਨਹੀਂ ਪਹੁੰਚੀ? ਉਹ ਕਹਿੰਦੇ ਪਹੁੰਚੀ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬੇਅਦਬੀ ਕੋਈ ਵੀ ਧਰਮ ਬਰਦਾਸ਼ਤ ਨਹੀਂ ਕਰ ਸਕਦਾ। ਸਾਰਿਆਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ। ਸਾਰੀ ਰਾਜਨੀਤਿਕ ਪਾਰਟੀਆਂ ਨੂੰ ਵੀ ਮੈਸੇਜ ਲੱਗਿਆ ਸੀ ਵੀ ਕੀ ਤੁਸੀਂ ਗੁਰੂ ਦਾ ਨਹੀਂ ਖਾਂਦੇ? ਲੰਗਰ ਤਾਂ ਗੁਰੂ ਸਾਹਿਬ ਨੇ ਚਲਾਇਆ ਹੋਇਆ, ਉਹ ਪਹੁੰਚ ਗਏ। ਮੁਸਲਮਾਨ ਕਮਿਊਨਿਟੀ ਨੂੰ ਮੈਸੇਜ ਲੱਗਿਆ, ਪਹੁੰਚ ਗਏ। ਕ੍ਰਿਸਚਨ ਕਮਿਊਨਿਟੀ ਨੂੰ ਮੈਸੇਜ ਲੱਗਿਆ, ਪਹੁੰਚ ਗਏ। ਹਿੰਦੂ ਧਰਮ ਦੇ ਲੋਕਾਂ ਨੂੰ ਮੈਸੇਜ ਲੱਗਿਆ, ਪਹੁੰਚ ਗਏ। ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਪਹੁੰਚ ਗਏ। ਸੋ ਇਹਦਾ ਮਤਲਬ ਦਰਦ ਸਾਰਿਆਂ ਨੂੰ ਹੈ, ਫਿਰ ਵੀ ਗ੍ਰਿਫਤਾਰੀ ਕਿਉਂ ਨਹੀਂ? ਮੈਂ ਤਾਂ ਰਾਜਨੀਤਿਕ ਲੀਡਰਾਂ ਨੂੰ ਬੇਨਤੀ ਕਰਦਾ, ਚਾਹੇ ਉਹ ਆਪੋਜੀਸ਼ਨ ਪਾਰਟੀ ਦੇ ਹੈ ਅਤੇ ਚਾਹੇ ਉਹ ਸਰਕਾਰ 'ਚ ਹੋਣ, ਮੰਤਰੀ ਵੀ ਆ ਲੁਧਿਆਣੇ ਦੇ ਵਿੱਚ, MP ਵੀ ਨੇ, MLA ਵੀ ਨੇ, ਉਹ ਕਮਿਸ਼ਨਰ ਨੂੰ ਫੋਨ ਕਰਕੇ ਪ੍ਰੈਸ਼ਰ ਕਿਉਂ ਨਹੀਂ ਪਾ ਰਹੇ? ਕਮਿਸ਼ਨਰ ਸਾਹਿਬ, ਮਾਨਯੋਗ ਕਮਿਸ਼ਨਰ ਸਾਹਿਬ ਨੂੰ ਅਸੀਂ ਵੀ ਮਿਲੇ ਸੀ, JCB ਸਾਹਿਬ ਨੂੰ, ਉਹਨਾਂ ਨੇ ਕਿਹਾ ਆਸ਼ਵਾਸਨ ਦਿੱਤਾ। ਅਤੇ ਭੁੱਲਰ ਸਾਹਿਬ ਨੂੰ ਵੀ ਮੈਂ ਬੇਨਤੀ ਕਰਦਾ ਕਿ ਪਲੀਜ਼ ਸਾਡੀਆਂ ਭਾਵਨਾਵਾਂ ਨੂੰ ਸਮਝੋ, ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਵੀ ਕਹਿਣਾ ਕਿ ਕਮਿਸ਼ਨਰ ਸਾਹਿਬ, ਮਾਨਯੋਗ ਕਮਿਸ਼ਨਰ ਸਾਹਿਬ ਨੂੰ ਫੋਨ ਕਰਕੇ ਥੋੜ੍ਹਾ ਜਿਹਾ ਪ੍ਰੈਸ਼ਰ ਤਾਂ ਕ੍ਰੀਏਟ ਕਰੋ ਵੀ ਮਾਹੌਲ ਖਰਾਬ ਹੋਣ ਤੋਂ ਪਹਿਲਾਂ ਇਹੋ ਜਿਹੇ ਵਿਅਕਤੀਆਂ ਨੂੰ ਨੱਥ ਪਾਈ ਜਾਵੇ। ਬਿਲਕੁਲ, ਜੋ ਹੈ ਇਸ ਤੋਂ ਪਹਿਲਾਂ ਵੀ ਬੇਅਦਬੀ ਹੁੰਦੀਆਂ ਰਹੀਆਂ ਨੇ, ਜਾਂ ਮਤਲਬ ਗੁਰੂਆਂ ਦਾ ਮਾਨ ਸਨਮਾਨ ਵਿੱਚ ਕੁਛ ਲੋਕ, ਕੁਛ ਚੰਦ ਚਿਹਰੇ ਨੇ, ਤੁਸੀਂ ਵੀ ਦੇਖੇ ਹੋ, ਜਾਣਦੇ ਹੋ, ਪੰਜਾਬ ਵਿੱਚ ਚੰਦ ਚਿਹਰੇ ਨੇ ਜਿਹੜੇ ਹਿੰਦੂ ਭਾਈਚਾਰੇ ਔਰ ਸਿੱਖ ਭਾਈਚਾਰੇ ਵਿੱਚ ਫਾੜ ਪਾਉਣ ਦਾ ਕੰਮ ਕਰਦੇ ਨੇ, ਤਾਂ ਉਹਨਾਂ ਨੂੰ ਕਿੱਦਾਂ ਸਬਕ ਸਿਖਾਉਣਾ ਚਾਹੁੰਦੇ ਹੋ? ਸਾਰਿਆਂ ਦੀ ਕੋਖ ਕੀਤੀ ਜਾਵੇ ਸ਼ੁਰੂ ਤੋਂ। ਮੰਨ ਲਓ ਲੁਧਿਆਣੇ ਦੇ ਆਸੇ ਪਾਸੇ ਬੇਅਦਬੀਆਂ ਹੋ ਰਹੀਆਂ, ਪੰਜਾਬ ਦੇ ਆਸੇ ਪਾਸੇ ਬੇਅਦਬੀਆਂ ਹੋ ਰਹੀਆਂ, ਉਹਦਾ ਲਿੰਕ ਇਹਨਾਂ ਨਾਲ ਨਿਕਲਦਾ ਕਿ ਨਹੀਂ ਨਿਕਲਦਾ, ਇਹ ਕੋਖ ਕਰੋ। ਇਹ ਕਲੱਬ ਹਾਊਸ 'ਤੇ ਅੱਜ ਤੋਂ ਨਹੀਂ ਪਤਾ ਨਹੀਂ ਕਿੰਨੇ ਚਿਰਾਂ ਤੋਂ ਗੰਦ ਪਾ ਰਹੇ ਹੋਣਗੇ, ਉਹ ਕੋਖ ਕਰੋ। ਪਤਾ ਨਹੀਂ ਕਿਹੜੀ ਕਿਹੜੀ ਕਮਿਊਨਿਟੀ ਬਾਰੇ ਗੰਦ ਬੋਲੇ ਹੋਣਗੇ, ਉਹਦੀ ਕੋਖ ਕਰੋ। ਇਹ ਸਾਰੇ ਤਾਂ ਟੰਗੇ ਜਾਣਗੇ ਜਦੋਂ ਤੁਸੀਂ ਤਰੀਕੇ ਨਾਲ ਕਾਰਵਾਈ ਕਰੋਗੇ, ਬਿਨਾਂ ਕਾਰਵਾਈ ਤੋਂ ਨਹੀਂ ਇਹ ਟੰਗੇ ਜਾ ਸਕਦੇ। ਪ੍ਰਸ਼ਾਸਨ ਨੂੰ ਤਾਂ ਹੀ ਤਾਂ ਕਾਰਵਾਈ ਦੀ ਮੰਗ ਆ ਰਹੇ ਹਾਂ। ਮੰਨ ਲਓ ਗ੍ਰਿਫਤਾਰ ਕਰਕੇ ਉਹਦਾ ਰਿਮਾਂਡ ਲੈ ਲੈਂਦੇ, ਉਹ ਆਪੇ ਬਕਦਾ ਕਿ ਮੇਰੇ ਨਾਲ 10 ਬੰਦਿਆਂ ਨੇ ਹੋਰ ਗੰਦ ਬਕਿਆ। ਇਹ ਥੋੜ੍ਹੀ ਆ ਕਿ ਜਦੋਂ ਬੇਲ ਹੋ ਜੂਗੀ ਫਿਰ ਸਾਨੂੰ ਆ ਕੇ ਕਹਿਣਗੇ ਜੀ ਉੱਠ ਜਾਓ, ਬੇਲ ਹੋ ਕੇ ਗ੍ਰਿਫਤਾਰ ਨਹੀਂ ਕਰ ਸਕਦੇ। ਉਸੇ ਦਿਨ ਗ੍ਰਿਫਤਾਰ ਕਰਕੇ ਮਾਨਯੋਗ ਜੱਜ ਸਾਹਿਬ ਨੇ ਪੇਸ਼ ਕਰਕੇ ਇਹਦਾ ਰਿਮਾਂਡ ਲੈਂਦੇ, ਅਤੇ ਰਿਮਾਂਡ ਤੋਂ ਬਾਅਦ ਇਹਦੇ ਮੂੰਹ 'ਚੋਂ ਗਲਵਾਉਂਦੇ ਵੀ ਕਿਹੜੇ ਕਿਹੜੇ ਲੋਕ ਤੇਰੇ ਨਾਲ ਰਲ ਕੇ ਗੰਦ ਬੋਲਦੇ ਆ। ਬਿਲਕੁਲ, ਜੋ ਹੈ ਰੋਸ਼ ਪੂਰੀ ਤਰ੍ਹਾਂ ਜੋ ਹੈ ਨਜ਼ਰ ਆ ਰਿਹਾ, ਚਾਹੇ ਬਜ਼ੁਰਗ ਹੋਣ ਜਾਂ ਯੁਵਾ ਹੋਣ, ਸਭ ਵਿੱਚ ਇਸ ਗੱਲ ਨੂੰ, ਕਿਉਂਕਿ ਗੁਰੂ ਨਾਨਕ ਦੇਵ ਜੀ ਜੋ ਹੈ ਸਭ ਦੇ ਸਾਂਝੇ ਗੁਰੂ ਨੇ, ਸਾਰੇ ਧਰਮਾਂ ਦੇ ਲੋਕ ਜਿਹੜੇ ਉਹਨਾਂ ਨੂੰ ਮੰਨਦੇ ਹੈ, ਮੁਸਲਿਮ ਭਾਈਚਾਰਾ ਹੋਵੇ, ਕ੍ਰਿਸਚਨ ਹੋਵੇ, ਹਿੰਦੂ ਹੋਵੇ, ਅਤੇ ਸਾਰੇ ਉਹਨਾਂ ਨੂੰ ਮੰਨਦੇ ਹੈ, ਅਤੇ ਅੱਜ ਕਿਤੇ ਨਾ ਕਿਤੇ ਉਹਨਾਂ ਦੇ ਦਿਲਾਂ ਨੂੰ ਬਹੁਤ ਜ਼ਿਆਦਾ ਠੇਸ ਲੱਗੀ ਹੈ, ਔਰ ਜਿਹੜਾ ਦੋਸ਼ੀ ਅਨਿਲ ਅਰੋੜਾ ਹੈ ਉਸਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਧਰਨਾ ਲਗਾਤਾਰ ਜਾਰੀ ਰੱਖਣ ਦੀ ਗੱਲ ਆਖੀ ਜਾ ਰਹੀ ਹੈ। ਇਸ ਦਾ ਕਿੰਨਾ ਕੁ ਜੋ ਹੈ ਦਬਾਅ ਪ੍ਰਸ਼ਾਸਨ 'ਤੇ ਪੈਂਦਾ, ਇਹ ਆਉਣ ਵਾਲਾ ਸਮਾਂ ਦੱਸੇਗਾ। ਕੈਮਰਾਮੈਨ ਜਸਵਿੰਦਰ ਸਿੰਘ
रोजाना पाठ करने वाले ये प्रोग्राम जरूर देखण ते गुरु साहब दीआं असीसां दे पात्र बनन। देखना ना भुलना साडा खास प्रोग्राम गुरबाणी ज्ञान ऐतवार सवेरे 7 तों 8 बजे तक D5 चैनल पंजाबी ते।